ਫੈਡਰਲ ਸਰਕਾਰ ਨੇ 2021 ਵਿੱਚ ਟ੍ਰਾਂਟੋ ਤੋਂ ਕਿਊਬਿਕ ਸਿਟੀ ਵਾਇਆ ਮੌਂਟਰੀਅਲ ਇੱਕ ਹਾਈ ਫ੍ਰੀਕੁਐਂਸੀ ਰੇਲ ਕੋਰੀਡੋਰ ਬਣਾਉਣ ਲਈ ਯੋਜਨਾਵਾਂ ਦਾ ਐਲਾਨ ਕੀਤਾ ਸੀ ਉਸ ਸਮੇਂ ਸਰਕਾਰ ਨੇ 6 ਬਿਲੀਅਨ ਤੋਂ 12 ਬਿਲੀਅਨ ਡਾਲਰ ਦੇ ਵਿਚਕਾਰ ਲਾਗਤ ਦਾ ਅਨੁਮਾਨ ਲਗਾਇਆ ਸੀ ਫੈਡਰਲ ਸਰਕਾਰ ਨੇ ਪਿਛਲੇ ਸਾਲ ਇਸ ਪ੍ਰੋਜੈਕਟ ਲਈ ਤਿੰਨ ਯੋਗ ਬੋਲੀਕਾਰਾਂ ਦੀ ਪਛਾਣ ਕੀਤੀ ਸੀ ਹਾਲ ਹੀ ਵਿੱਚ ਲੋਕ ਸੇਵਾਵਾਂ ਮੰਤਰੀ ਨੇ ਕਿਹਾ ਹੈ ਕਿ ਯੋਗ ਬੋਲੀਕਾਰ ਨੂੰ ਜਲਦੀ ਹਰੀ ਝੰਡੀ ਮਿਲੇਗੀ ਉਨ ਪਹਿਲਾਂ ਤਾਂ ਇਹ ਫੈਸਲਾ ਕਰਨਾ ਕਿ ਸਾਨੂੰ ਹਾਈ ਸਪੀਡ ਰੇਲ ਚਾਹੀਦੀ ਹੈ ਤੇ ਕਿਸ ਸਪੀਡ ਤੇ ਚਾਹੀਦੀ ਹੈ ਮਤਲਬ ਜਿਹੜੀ ਕਾਸਟ 200 ਕਿਲੋਮੀਟਰ ਪਰ ਆਰਤੀ ਆਣੀ ਹੈ ਨਾ ਉਹ ਕਾਫੀ ਘੱਟ ਹੋਣੀ ਹੈ ਬਜਾਇ ਇਸ ਕਿ ਤੁਸੀਂ 300 ਜਾਂ 400 ਕਿਲੋਮੀਟਰ 400 ਵਾਲੀ ਤੇ ਕੋਈ ਗੱਲ ਹੀ ਨਹੀਂ ਕਰਦੇ ਚਾਹ ਤਿਆ 300 ਕਿਲੋਮੀਟਰ ਪਰ ਆਰ ਦੀ ਗੱਲ ਹੋ ਰਹੀ ਹੈ ਉਹ ਬੜੀ ਮਹਿੰਗੀ ਪੈਂਦੀ ਹੈ ਕਿਉਂਕਿ ਉਹਦਾ ਟਰੈਕ ਹੀ ਕੋਈ ਨਹੀਂ ਸਾਡੇ ਕੋਲ ਤੁਹਾਨੂੰ ਨਵਾਂ ਟਰੈਕ ਲਾਣਾ ਪਏਗਾ ਇਹ ਜਿਹੜਾ ਐਗਜ਼ਿਸਟਿੰਗ ਟਰੈਕ ਹੈ ਨਾ ਕੋਬੈਕ ਸਿਟੀ ਮੋਂਟਰੀਅਲ ਟੂ ਟ੍ਰਾਂਟੋ ਟੂ ਵਿਨਸਰ ਇਹ ਫਰੇਟ ਕੰਪਨੀ ਦਾ ਹੈ ਸੀ ਐਨ ਸੀ ਪੀ ਇਹ ਰੇਲ ਕੰਪਨੀ ਜਿਹੜੀ ਵੀ ਆ ਰੇਲ ਹੈ ਜਾਂ ਸਰਕਾਰ ਦਾ ਨਹੀਂ ਹੈ ਤੇ ਹੁਣ ਕਰੀਏ ਕੀ ਕਰੀ ਨਾ ਇਹ ਆ ਕਿ ਫੈਸਲਾ ਜਿਹੜਾ ਕਰਨਾ ਹੈ ਸਰਕਾਰ ਨੇ ਤੇ ਲੋਕਾਂ ਨੇ ਮਿਲ ਕੇ ਕਿ ਅਗਰ ਤੁਸੀਂ ਟੋਰਾਂਟੋ ਟੂ ਮੰਟਰੀਅਲ 1 ਘੰਟੇ ਜਾਣਾ ਚਾਹੁੰਦੇ ਹੋ ਜਾਂ 2 ਘੰਟੇ ਤੇ ਉਦੋਂ ਅਤ ਤੁਸੀਂ ਕਿੰਨੇ ਪੈਸੇ ਖਰਚ ਕਰੋਗੇ ਰੇਲ ਦੇ ਲਈ ਰੇਲ ਦੇ ਲਈ ਤੁਸੀਂ ਕੋ 20 ਬਿਲੀਅਨ ਜਾਂ 10 ਬਿਲੀਅਨ ਜਾਂ 15 ਬਿਲੀਅਨ ਪ੍ਰੋਫੈਸਰ ਮੁਰਤਜ਼ਾ ਹਾਇਦਰ ਟੋਰਾਂਟੋ ਮੈਟਰੋਪੋਲੀਟਨ ਯੂਨੀਵਰਸਿਟੀ ਵਿੱਚ ਸ਼ਹਿਰੀ ਵਿਸ਼ਲੇਸ਼ਣ ਸੰਸਥਾਨ ਦੇ ਖੋਜ ਨਿਰਦੇਸ਼ਕ ਹਨ ਉਨਾ ਮੁਤਾਬਕ ਕਿ ਮੌਜੂਦਾ ਸ਼ਹਿਰੀਕਰਨ ਅਨੁਸਾਰ ਇਸ ਟ੍ਰੇਨ ਦੀ ਪਹੁੰਚ ਸਬੰਧਤ ਸ਼ਹਿਰਾਂ ਦੇ ਡਾਊਨਟਾਊਨ ਖੇਤਰ ਤੱਕ ਸੀਮਿਤ ਹੋਵੇਗੀ ਪਹਿਲੇ ਹੁੰਦਾ ਸੀ ਨਾ ਕਹਿੰਦੇ ਸੀ ਜੀ ਡਾਊਨਟਾਊਨ ਟੂ ਡਾਊਨਟਾਊਨ ਕਮਿਊਟ ਉਹ ਰੇਲ ਲੀਨ ਹੁਣ ਹੁਣ ਮਸਲਾ ਇਹ ਹੈ ਕਿ ਤੁਸੀਂ ਡਾਊਨਟਾਊਨ ਤੱਕ ਕਿਸ ਤਰ੍ਹਾਂ ਪਹੁੰਚੋਗੇ ਪਹਿਲਾਂ ਤੇ ਹੁੰਦਾ ਸੀ ਕਿ ਲੋਕ ਪਹਿਲਾਂ 50 ਸਾਲ ਪਹਿਲਾਂ ਸਾਰੇ ਮੈਂਟਰੀਅਲ ਦੇ ਟਾਊਨਟਾਊਨ ਦੇ ਇਰਥ ਗੇਟਸਨ 50 ਸਾਲ ਪਹਿਲਾਂ ਸਾਰੇ ਟੋਰਾਂਟੋ ਦੇ ਡਾਊਨਟਾਊਨ ਦੇ ਇਰਥ ਗੇਟਸਨ ਸਨ ਸਟੀਲ ਸੈਵੈਨਿਊ ਤੋਂ ਨਾਰਥ ਇਚ ਕੁਝ ਵੀ ਨਹੀਂ ਸੀ ਹੁਣ ਦੇਖੋ ਤੁਸੀਂ ਸਾਰਾ 905 ਰੀਜਨ ਜਿਹੜਾ ਡਿਵੈਲਪ ਹੋ ਗਿਆ ਤੇ ਹੁਣ ਤੁਸੀਂ ਅਗਰ ਟ੍ਰੇਨ ਫੜਨੀ ਵੀ ਹੈ ਟੋਰਾਂਟੋ ਤੋਂ ਮਾਂਟਰੀਅਲ ਡਾਊਨਟਾਊਨ ਟੋਰਾਂਟੋ ਤੋਂ ਤੇ 2 ਘੰਟੇ ਦੇ ਤੁਹਾਨੂੰ ਡਾਊਨਟਾਊਨ ਟੋਰਾਂਟੋ ਪਹੁੰਚਣ ਵਿੱਚ ਲੱਗ ਜਾਣਗੇ ਤੇ ਫਿਰ ਕੀ ਫਾਇਦਾ ਉਹਦੇ ਪਰ ਟ੍ਰੇਨ ਤੁਹਾਨੂੰ ਡੇਢ ਘੰਟੇ ਚ ਲੈ ਜਾਵੇ ਉਹ ਡਾਊਨਟਾਊਨ ਟੋਰਾਂਟੋ ਤੇ ਪਹੁੰਚਣਾ ਜਿਹੜਾ ਨਾ ਜ਼ਿਆਦਾ ਮਸਲਾ ਹੈ 905 ਵਾਸਤੇ ਤੇ ਹੋ ਸਕਦਾ ਹੈ ਕਿ ਤੁਸੀਂ 에어ਪੋਰਟ ਪੀਅਰਸਨ ਪਹਿਲਾਂ ਪਹੁੰਚ ਜਾਓ ਅੱਧੇ ਘੰਟੇ ਚ ਉਧਰੋਂ ਫਲਾਈਟ ਫੜ ਕੇ ਮੋਂਟਰੀਅਲ ਘੰਟੇ ਚ 2 ਘੰਟੇ ਚ ਪਹੁੰਚ ਜਾਓ ਬਜਾਏ ਇਸ ਕਿ ਕਿ 2 ਘੰਟੇ ਤੁਸੀਂ ਖਜਲ ਹੋ ਰਹੇ ਹੋ ਸਿਰਫ ਯੂਨੀਅਨ ਸਟੇਸ਼ਨ ਪਹੁੰਚਣਾ ਤੇ ਤੇ ਇੰਨਾ ਆਸਾਨ ਕੰਮ ਨਹੀਂ ਹੈਗਾ ਇਹ ਸਿਰਫ ਪੈਸੇ ਦਾ ਮਸਲਾ ਨਹੀਂ ਹੈਗਾ ਤੇ ਲੌਜਿਸਟਿਕਸ ਵੀ ਬਦਲ ਗਏ ਨੇ ਹੁਣ ਸ਼ਹਿਰ ਬਦਲ ਗਏ ਨੇ ਉਹ ਪਹਿਲੇ ਵਾਲੇ ਸ਼ਹਿਰ ਨਹੀਂ ਨੇ ਜਿਹੜੇ 50 ਸਾਲ ਪਹਿਲੇ ਟੋਰਾਂਟੋ ਸੀ ਜਿਹੜਾ 50 ਸਾਲ ਪਹਿਲੇ ਮੋਂਟਰੀਅਲ ਸੀ ਕਿ ਹਰ ਚੀਜ਼ ਜਿਹੜੀ ਸੀ ਸੈਂਟਰਲ ਸੀ ਪ੍ਰੋਫੈਸਰ ਹੈਦਰ ਇਸ ਰੇਲ ਪ੍ਰੋਜੈਕਟ ਨੂੰ ਅਰਥਵਿਵਸਥਾ ਲਈ ਬਹੁਤਾ ਲਾਹੇਵੰਦ ਨਹੀਂ ਮੰਨਦੇ ਉਹਨਾਂ ਅਨੁਸਾਰ ਇਸ ਦੀ ਬਜਾਏ ਖੇਤਰੀ ਰੇਲ ਨੈਟਵਰਕ ਸਥਾਨਕ ਅਰਥਵਿਵਸਥਾ ਲਈ ਅਹਿਮ ਹੈ ਸਾਡੇ ਯੂਨੀਵਰਸਿਟੀ ਆਫ ਟੋਰਾਂਟੋ ਦੇ ਪ੍ਰੋਫੈਸਰਸ ਉਹਨਾਂ ਨੇ ਟੀਵੀ ਤੇ ਇੱਕ ਦਫਾ ਆ ਕੇ ਕਹੇ ਜੀ ਤੇ ਬੜਾ ਇਕਨੋਮੀ ਨਿਫਾਇਦਾ ਕੋ ਤੁਸੀਂ ਮੰਟਰੀਅਲ ਚ ਜਾਓਗੇ ਤੇ ਟੋਰਾਂਟੋ ਚ ਤੁਸੀਂ ਘਰ ਤੁਹਾਡਾ ਮੰਟਰੀਅਲ ਤੇ ਕੰਮ ਤੁਹਾਡੀ ਜੌਬ ਟੋਰਾਂਟੋ ਚ ਹੋ ਸਕਦੀ ਤੁਸੀਂ ਡੇਲੀ ਕਮਿਊਟ ਕਰ ਸਕਦੇ ਹੋ ਉਹ ਇਹ ਕੋਈ ਫਾਇਦੇ ਦੀ ਗੱਲ ਹੈ ਮਤਲਬ ਕਿਉਂ ਤੁਸੀਂ ਡੇਲੀ ਜਿਹੜਾ 1100 ਕਿਲੋਮੀਟਰ ਜਿਹੜਾ ਟਰੈਵਲ ਕਰਨਾ ਇਟ ਡਸਨਟ ਮੈਟਰ ਕਿ ਤੁਸੀਂ 2 ਘੰਟੇ ਚ ਪਹੁੰਚ ਜਾਂਦੇ ਹੋ ਇਹ ਕਹਿਣ ਵਾਲੀਆਂ ਗੱਲਾਂ ਨੇ ਇਹਨਾਂ ਦੀ ਸਰ ਪੈਰ ਕੋਈ ਨਹੀਂ ਹੁੰਦਾ ਕਿ ਜਿਹੜੇ ਫਾਇਦੇ ਹੁੰਦੇ ਨੇ ਉਸ ਨੂੰ ਲਿਆਉਂਦੇ ਨੇ ਕਿ ਤੁਸੀਂ ਗੋ ਟ੍ਰੇਨਰ ਇਕਨੋਮਿਕ ਬੈਨੀਫਿਟ ਹੈ ਬਸ ਤੁਸੀਂ ਅਗਰ ਵੇਖੋ ਕਿ ਕੋਈ ਬੰਦਾ ਆਸ਼ਵਾਇਚ ਰਹਿੰਦਾ ਹੈ ਜਾਂ ਉਹ ਕੁਵਿਲੇਚ ਰਹਿੰਦਾ ਹੈ ਉਹ 10 ਮਿੰਟਾਂ ਜੀ ਗੋ ਸਟੇਸ਼ਨ ਜਾਂਦਾ ਹੈ ਉਦੋਂ 25 ਮਿੰਟਾਂ ਜੀ आधे ਘੰਟੇ ਚ ਜਿਹੜਾ ਯੂਨੀਅਨ ਸਟੇਸ਼ਨ ਆ ਜਾਂਦਾ ਹੈ ਤੇ ਆਪਣੀ ਨੌਕਰੀ ਦੀ ਥਾਂ ਤੇ ਪਹੁੰਚ ਜਾਂਦਾ ਤੇ ਗੋਟ ਰੇਨ ਜਿਹੜੀ ਜਿਹਨੂੰ ਅਸੀਂ ਰੀਜਨਲ ਟ੍ਰੇਨ ਕਹਿੰਦੇ ਨੇ ਉਹਦਾ ਤੇ ਬੜਾ ਇੰਪੈਕਟ ਹੁੰਦਾ ਹੈ ਇਕਨੋਮੀ ਤੇ ਜਿਹੜੀ ਇੰਟਰ ਸਿਟੀ ਟ੍ਰੇਨ ਹੁੰਦੀ ਹੈ ਨਾ ਉਸ ਦਾ ਇੰਪੈਕਟ ਉਸੇ ਲਈ ਹੁੰਦਾ ਕਿ ਤੁਹਾਡੇ ਕੋਲ ਔਰ ਇਲੈਕਟਿਕ ਔਲਟਰਨੈਟਿਵਸ ਨਾ ਇੱਥੇ ਰੋਡ ਬਣੀ ਹੈ ਇੱਥੇ ਹੈਵ 에어ਪਲੇਨ ਨੇ ਇੱਥੇ ਟ੍ਰੇਨ ਵੀ ਹੈ ਰੀਜ਼ਨੇਬਲ ਹੈ ਮੇਰੀ ਤੇ ਉਹ ਕੋਈ ਇਕਨੋਮਿਕ ਬੈਨੀਫਿਟ ਨਹੀਂ ਹੋ ਗਏ ਮਾਹਿਰ ਮੁਤਾਬਕ ਆਮ ਲੋਕ ਇਸ ਵੇਲੇ ਸਮਾਜਿਕ ਅਤੇ ਆਰਥਿਕ ਸਮੱਸਿਆਵਾਂ ਅਤੇ ਸੇਹ ਸੰਭਾਲ ਖੇਤਰ ਦੀਆਂ ਚੁਣੌਤੀਆਂ ਨਾਲ ਜਦੋਜਾਦ ਕਰ ਰਹੇ ਹਨ ਅਜਿਹੇ ਵਿੱਚ ਮੋਡਲੀਆਂ ਸਹੂਲਤਾਂ ਤੋਂ ਵਾਂਝੇ ਲੋਕਾਂ ਲਈ ਫਾਸਟ ਟ੍ਰੇਨ ਕੋਈ ਮਾਇਨੇ ਨਹੀਂ ਰੱਖਦੀ ਜਿਹੜੇ ਮਿਲੀਅਨਸ ਆਫ ਕੈਨੇਡੀਅਨਸ ਨੇ ਉਹਨਾਂ ਨੂੰ ਤੇ ਗਰੋਸਰੀ ਮਹਿੰਗੀ ਪੈ ਲੱਗ ਰਹੀ ਹੈ ਉਹਨਾਂ ਨੂੰ ਹਸਪਤਾਲ ਜਾਂਦੇ ਨੇ ਤੇ 5 ਘੰਟੇ 6 ਘੰਟੇ ਤੱਕ ਡਾਕਟਰ ਨੇ ਲੱਭਦਾ ਵੇਟ ਟਾਈਮ ਇੰਨੇ ਲੰਬੇ ਨੇ ਤੇ ਤੁਸੀਂ ਟ੍ਰੇਨ ਦੇ ਵਿੱਚ ਤੇ ਪਹੁੰਚ ਜਾਓਗੇ 2 ਘੰਟੇ ਚ ਮੰਨ ਰਿਹਾ ਟੋਰਾਂਟੋ ਤੋਂ ਉਹ ਤੇ ਫਾਸਟ ਹੋ ਜਾਏਗਾ ਤੇ ਜਿਹੜੇ ਹਸਪਤਾਲ 'ਚ ਬੈ ਕੇ ਤੁਸੀਂ 5 ਘੰਟੇ 10 ਘੰਟੇ ਵੇਟ ਕਰਨਾ ਹੈ ਇਹ ਤਾਂ ਰੱਗੂ ਹੀ ਐਮ ਆਰ ਆਈ ਸਕੈਨ ਆ ਗਿਆ ਤਾਂ ਬੈਠੇ ਰੋ ਕੋ 6 ਮਹੀਨੇ ਇੰਤਜ਼ਾਰ ਕਰਦੇ ਕਿ ਤੁਹਾਡੀ ਪਾਰੀ ਆਉਣੀ ਉਹਦੇ ਵੀ ਤੇ ਪੈਸੇ ਲਾੜੇ ਨਾ ਐਸੇ ਵੀ ਇਲਾਕੇ ਨਹੀਂ ਕੈਨੇਡਾ ਜਿੱਥੇ ਫਰਸਟ ਨੇਸ਼ਨਸ ਓਪੀਨੀਅਨ ਤਾਂ ਪਾਣੀ ਕਰ ਚੁੱਕੀ ਲੱਭ ਰਿਹਾ ਤੇ ਉਹ ਉਹਦੇ ਵਾਸਤੇ ਵੀ ਤੇ ਤੁਸੀਂ ਪ੍ਰਾਇੋਰਟੀ ਕਰਨੀ ਹੈ ਤੇ ਆਈ ਥਿੰਕ ਰੇਲ ਇਜ਼ ਗੁੱਡ ਜਿਹੜੇ ਬਾਕੀ ਜ਼ਰੂਰਤਾਂ ਮੁੱਕ ਗਈਆਂ ਨੇ ਜੇ ਵਿੱਚ ਫਿਰ ਪੈਸੇ ਨੇ ਲਾਹ ਰੇਲ ਤੇ ਨਹੀਂ ਤੇ ਫਿਰ ਪਹਿਲਾਂ ਲੋਕਾਂ ਨੂੰ ਐਜੂਕੇਸ਼ਨ ਹੈਲਥ ਸਿਕਿਉਰਿਟੀ ਅਰ ਡਿਗਨਿਟੀ ਆਫ ਲੇਬਰ ਇਹ ਪਹਿਲਾਂ ਪ੍ਰੋਵਾਈਡ ਕਰੋ ਬਜਟ ਬਜਾਇਰ ਕੇ ਕਿ ਤੁਸੀਂ ਕਹੋ ਜੀ ਅਸੀਂ ਟ੍ਰੇਨਰ ਤੇ ਪਰਲਾਂਗੇ ਇਸ ਪ੍ਰਸਤਾਵਿਤ ਪ੍ਰੋਜੈਕਟ ਬਾਰੇ ਅਸੀਂ ਆਮ ਲੋਕਾਂ ਨਾਲ ਗੱਲਬਾਤ ਕੀਤੀ ਜਿਨ੍ਹਾਂ ਇਸ ਪ੍ਰੋਜੈਕਟ ਦਾ ਸਵਾਗਤ ਕੀਤਾ ਹੈ ਪਰ ਨਾਲ ਹੀ ਉਹਨਾਂ ਦਾ ਕਹਿਣਾ ਹੈ ਕਿ ਇਸ ਪ੍ਰੋਜੈਕਟ ਤੇ ਪੈਸੇ ਖਰਚਣ ਤੋਂ ਪਹਿਲਾਂ ਆਮ ਲੋਕਾਂ ਦੀ رائے ਜਾਣਨਾ ਬੇਹੱਦ ਜ਼ਰੂਰੀ ਹੈ ਆਈ ਗੈਸ ਈਜ਼ੀਲੀ ਬੈਸਟ ਹੋਊਗਾ ਕਿ ਅਗਰ ਕੋਈ ਸਰਵੇ ਆਰਗੇਨਾਈਜ਼ ਕੀਤਾ ਜਾਵੇ ਤਾਂ ਤਾ ਮਤਲਬ ਕੀ ਜਿਵੇਂ Google Forms ਹੁੰਦੇ ਨੇ ਜਾਂ ਮਤਲਬ ਆਨਲਾਈਨ ਇੰਟਰਨੈਟ ਦੇ ਉੱਤੇ ਸਰਵਿਸ ਪ੍ਰੋਵਾਈਡ ਕੀਤੀ ਜਾ ਸਕਦੇ ਨੇ ਲੋਕਾਂ ਨੂੰ ਤਾਂ ਕਿ ਉਹਨਾਂ ਦੀ ਰਾਏ ਜਾਣ ਸਕਣ ਸਰਕਾਰ ਤਾਂ ਕਿ ਉਸ ਤੋਂ ਬਾਅਦ ਕੀ ਕਹਿੰਦੇ ਆ ਡਿਸੀਜਨ ਲੈਤਾ ਜਾ ਸਕਦਾ ਹੈ ਕਿ ਇਹ ਬੈਨੀਫੀਸ਼ੀਅਲ ਹੈ ਜਾਂ ਨਹੀਂ ਹੈ ਸੁਖਪਾਲ ਸਿੰਘ ਆਲਕ ਹੌਮਨੀ نیوز ਟ੍ਰਾਂਟੋ